ਗਲੋਮੀ ਬਰਡ ਸਕੂਲ ਮੋਗਾ ਬਣਿਆ ਬਿਜਲੀ ਪੈਦਾ ਕਰਨ ਵਾਲਾ ਪੰਜਾਬ ਦਾ ਪਹਿਲਾ ਸਕੂਲ। ਕੁਦਰਤੀ ਸੋਮਿਆਂ ਦੀ ਵਰਤੋਂ ਕਰਨ 'ਚ ਗਲੋਮੀ ਬਰਡ ਸਕੂਲ ਪੰਜਾਬ ਦੀ ਪਹਿਲੀ ਵਿੱਦਿਅਕ ਸੰਸਥਾ ਹੈ ਜਿਹਨੇ ਸੋਲਰ ਪਲਾਂਟ ਲਗਾ ਕੇ ਪੰਜਾਬ ਸਰਕਾਰ ਦੀ ਬਿਜਲੀ ਬਚਾਉਣ ਵਿੱਚ ਪਹਿਲਕਦਮੀ ਕੀਤੀ ਹੈ। ਇਸ ਤਰ੍ਹਾਂ ਦੇ ਸੋਲਰ ਪਲਾਂਟ ਲੱਗਣ ਨਾਲ ਜਿੱਥੇ ਪੰਜਾਬ ਨੂੰ ਬਿਜਲੀ ਸੰਕਟ ਵਿੱਚੋਂ ਨਿਕਲਣ ਦੇ ਮੌਕੇ ਉਪਲਬਧ ਹੋਣਗੇ, ਉੱਥੇ ਸਕੂਲੀ ਬੱਚਿਆਂ ਨੂੰ ਪ੍ਰਦੂਸ਼ਿਤ ਰਹਿਤ ਵਾਤਾਵਰਣ ਵੀ ਪ੍ਰਾਪਤ ਹੋਏਗਾ। ਇਸ ਤਰ੍ਹਾਂ ਵਾਤਾਵਰਣ ਦੀ ਸ਼ੁੱਧਤਾ ਅਤੇ ਪ੍ਰਦੂਸ਼ਣ ਰੋਕਣ ਲਈ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਗਲੋਮੀ ਬਰਡ ਸਕੂਲ ਪੰਜਾਬ ਦਾ ਪਹਿਲਾ ਬਿਜਲੀ ਪੈਦਾ ਕਰਨ ਵਾਲਾ ਸਕੂਲ ਬਣ ਗਿਆ ਹੈ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਨੈੱਟ ਮੋਨੀਟਰਿੰਗ ਸਕੀਮ ਤਹਿਤ ਸਕੂਲ ਦੀ ਛੱਤ ਉੱਪਰ 58 ਕਿਲੋਵਾਟ ਦਾ ਸੂਰਜੀ ਊਰਜਾ ਪ੍ਰੋਜੈਕਟ ਲਗਾਇਆ ਗਿਆ ਹੈ ਜਿਸ 'ਤੇ 35 ਲੱਖ ਰੁਪਏ ਖਰਚ ਆਏ ਹਨ ਅਤੇ ਇਸ 'ਤੇ ਪਿੰਡਾਂ ਵੱਲੋਂ ਲਗਭਗ 7.5 ਲੱਖ ਰੁਪਏ ਸਬਸਿਡੀ ਵੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਮਦਦ ਸਦਕਾ ਇੱਕ ਸਾਲ 'ਚ 70,000 ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ। ਉਹਨਾਂ ਅੱਗੇ ਦੱਸਿਆ ਕਿ ਇਸ ਸੂਰਜੀ ਊਰਜਾ ਬਿਜਲੀ ਪ੍ਰੋਜੈਕਟ ਨਾਲ ਜਿੱਥੇ ਪ੍ਰਦੂਸ਼ਿਤ ਰਹਿਤ ਬਿਜਲੀ ਪੈਦਾ ਹੋਵੇਗੀ ਉੱਥੇ ਸਕੂਲ ਦਾ ਸਾਲਾਨਾ ਬਿਜਲੀ ਖਪਤ ਬਿੱਲ ਵੀ ਲਗਭਗ 15 ਲੱਖ ਰੁਪਏ ਤੋਂ ਘੱਟ ਕੇ ਮਹਿਜ 2.5 ਲੱਖ ਰੁਪਏ ਸਾਲਾਨਾ ਰਹਿ ਜਾਵੇਗਾ। ਇਸ ਮੌਕੇ ਬੋਲਦਿਆਂ ਸਕੂਲ ਦੀ ਪ੍ਰਿੰਸੀਪਲ ਹਿਮਾਲਿਆ ਰਾਣੀ ਨੇ ਕਿਹਾ ਕਿ ਬੱਚੇ ਪ੍ਰਤੱਖ ਰੂਪ ਵਿੱਚ ਵੇਖਣਗੇ ਕਿ ਉਹ ਦੇਸ਼ ਦੇ ਉਤਪਾਦਨ ਵਿੱਚ ਹਿੱਸਾ ਪਾ ਰਹੇ ਹਨ ਅਤੇ ਦੂਸਰਾ ਉਹਨਾਂ ਦਾ ਸਕੂਲ ਪ੍ਰਦੂਸ਼ਿਤ ਰਹਿਤ ਬਿਜਲੀ ਪੈਦਾ ਕਰ ਰਿਹਾ ਹੈ। ਇਸ ਮੌਕੇ ਸਕੂਲੀ ਬੱਚਿਆਂ ਕੋਮਲਪ੍ਰੀਤ ਅਤੇ ਅਰਸ਼ਪ੍ਰੀਤ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਸਕੂਲ ਨੇ ਕੁਦਰਤੀ ਸੋਮਿਆਂ ਦੀ ਵਰਤੋਂ ਵਿੱਚ ਪਹਿਲਕਦਮੀ ਕੀਤੀ ਹੈ ਅਤੇ ਸਕੂਲ ਮੈਨੇਜਮੈਂਟ ਨੇ ਪ੍ਰਦੂਸ਼ਿਤ ਰਹਿਤ ਵਾਤਾਵਰਣ ਦੇਣ ਦੇ ਨਾਲ ਨਾਲ ਸੂਬੇ ਨੂੰ ਬਿਜਲੀ ਸੰਕਟ ਵਿੱਚੋਂ ਕੱਢਣ ਵਿੱਚ ਸਰਕਾਰ ਦੀ ਮਦਦ ਵੀ ਕੀਤੀ ਹੈ। ਪੰਜਾਬ ਗਲੋਬਲ ਅਮਰਜੀਤ ਬਬਲੀ ਦੇ ਨਾਲ ਜੋਗਿੰਦਰ ਸਿੰਘ ਦੀ ਰਿਪੋਰਟ। ਸਿਰਫ ਸਾਡਾ ਹੀ ਸਕੂਲ ਹੈ ਜਿਹਦੇ ਵਿੱਚ ਸੋਲਰ ਪਲਾਂਟ ਲਗਾਇਆ ਗਿਆ ਹੈ। ਇਹਦੀ ਮਦਦ ਨਾਲ ਸਕੂਲ ਦੇ ਅੰਦਰ ਹੀ ਐਨਰਜੀ ਪ੍ਰੋਡਿਊਸ ਹੋ ਰਹੀ ਹੈ ਅਤੇ ਐਨਰਜੀ ਕੰਜ਼ਰਵੇਸ਼ਨ ਜਿਵੇਂ ਕਿ ਅਸੀਂ ਜਾਣਦੇ ਹਾਂ ਬਹੁਤ ਹੀ ਇੰਪੋਰਟੈਂਟ ਮੁੱਦਾ ਹੈ ਅਤੇ ਇਹਦੇ ਨਾਲ ਪੰਜਾਬ ਗਵਰਨਮੈਂਟ ਨੂੰ ਵੀ ਕਾਫੀ ਫਾਇਦਾ ਹੋਵੇਗਾ। ਕੁਦਰਤ ਦਾ ਯੂਜ਼ ਬਹੁਤ ਹੀ ਜ਼ਰੂਰੀ ਹੈ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਸਾਡਾ ਪੰਜਾਬ ਪ੍ਰਦੂਸ਼ਣ ਫ੍ਰੀ ਬਣੇ ਅਤੇ ਗਵਰਨਮੈਂਟ ਨੂੰ ਇਹਦੇ ਲਈ ਸਟੈਪ ਵੀ ਚੁੱਕਣੇ ਚਾਹੀਦੇ ਆ ਅਤੇ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਸਕੂਲ ਦਾ ਹਿੱਸਾ ਕਿਉਂਕਿ ਸਾਡਾ ਸਕੂਲ ਸਾਨੂੰ ਇਹੋ ਜਿਹੀ ਫੈਸਿਲਿਟੀ ਪ੍ਰੋਵਾਈਡ ਕਰ ਰਿਹਾ ਵਾ। ਥੈਂਕ ਗੱਲ ਹੈ ਕਿ ਸਾਡੇ ਸਕੂਲ ਵਾਲਿਆਂ ਨੇ ਸੋਲਰ ਪੈਨਲ ਲਾਏ ਨੇ, ਇਹਦੇ ਨਾਲ ਕਿ ਵਾਤਾਵਰਣ ਵੀ ਸ਼ੁੱਧ ਰਹਿ ਰਿਹਾ ਅਤੇ ਇਹਦੇ ਨਾਲ ਮਤਲਬ ਪੰਜਾਬ ਗੌਰਮੈਂਟ ਨੂੰ ਵੀ ਬਹੁਤ ਫਾਇਦਾ ਹੋ ਰਿਹਾ, ਆਪਣੀ ਬਿਜਲੀ ਬਚ ਰਹੀ ਹੈ ਅਤੇ ਜਿਹੜੀ ਬਿਜਲੀ ਆਪਣੀ ਸੋਲਰ ਪਲਾਂਟ ਪ੍ਰੋਡਿਊਸ ਕਰਨਗੇ ਉਹ ਸਾਰੀ ਬਿਜਲੀ ਸਕੂਲ ਵੱਲ ਰਿਪਲੇਸ ਕੀਤੀ ਜਾਏਗੀ। ਇਹਦੇ ਨਾਲ ਕਿਹੜੀ ਮਤਲਬ ਜਿਹੜੀ ਇੰਨੀ ਬਿਜਲੀ ਪੈਦਾ ਹੋ ਰਹੀ ਉਹ ਬਿਜਲੀ ਵੀ ਬਚੇਗੀ ਅਤੇ ਫਿਊਚਰ ਵਾਸਤੇ ਆਪਾਂ ਇਹਨੂੰ ਸੇਵ ਵੀ ਕਰ ਸਕਦੇ ਹਾਂ। ਖੁਸ਼ਕਿਸਮਤ ਹਾਂ ਕਿ ਸਾਡਾ ਸਕੂਲ ਕੁਦਰਤੀ ਸਹੂਲਤਾਂ ਦੇ ਨਾਲ ਕੁਦਰਤੀ ਸਕੂਲ ਸਹੂਲਤਾਂ ਨੂੰ ਯੂਜ਼ ਕਰਦੇ ਹੋਏ ਮਤਲਬ ਕਿ ਜਿਹੜੇ ਆਹ ਸੋਲਰ ਐਨਰਜੀ ਪ੍ਰੋਡਿਊਸ ਕਰ ਰਿਹਾ ਕਿ ਜਿਹਦੇ ਨਾਲ ਮਤਲਬ ਬਿਜਲੀ ਵੀ ਬਚ ਰਹੀ ਹੈ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਸਕੂਲ ਦਾ ਇੱਕ ਹਿੱਸਾ ਹਾਂ। ਫਸਟ ਆਫ ਆਲ ਆਈ ਵਾਂਟ ਟੂ ਸੇ ਥੈਂਕ ਯੂ ਟੂ ਦ ਗਰੁੱਪ ਚੇਅਰਮੈਨ ਮਿਸਟਰ ਸੰਜੀਵ ਕੁਮਾਰ ਸੈਣੀ ਟੂ ਥਿੰਕ ਅਹੈਡ ਆਫ ਅਦਰ ਸਕੂਲਸ ਐਂਡ ਹੀ ਇਜ਼ ਪ੍ਰੋਵਾਈਡਿਡ ਅ ਸੱਚ ਅ ਗ੍ਰੇਟ ਓਪਰਚੁਨਿਟੀ ਦੈਟ ਸਕੂਲ ਵਿਲ ਬੀ ਬੈਨੀਫਿਟਿਡ ਇਨ ਇਲੈਕਟ੍ਰੀਸਿਟੀ ਲਾਈਕ ਇਲੈਕਟ੍ਰੀਸਿਟੀ ਕੰਜ਼ਿਊਮਿੰਗ ਇਜ਼ ਅ ਗ੍ਰੇਟ ਮੈਟਰ ਫੋਰ ਸਕੂਲਸ ਨਾਓ ਵੀ ਵਿਲ ਗੈਟ ਰਿਲੀਵਡ ਆਫ ਇਟ ਐਜ਼ ਇਟ ਵਿਲ ਪ੍ਰੋਡਿਊਸ ਐਂਡ ਦ ਇਲੈਕਟ੍ਰੀਸਿਟੀ ਪਾਵਰ ਵਿਲ ਬੀ ਸੈਂਟ ਟੂ ਦ ਪੰਜਾਬ ਇਲੈਕਟ੍ਰੀਸਿਟੀ ਬੋਰਡ। One important thing is that we are teaching children about renewable resources of electricity. So this is the best example of solar electricity. And this is renewable also. All schools should have this project because it is really beneficial not just for the school, it's beneficial to the state and to the nation. It is a great contribution and it is also pollution free. That is the most important thing. Thank you. ਜਿਹੜਾ ਪਲਾਂਟ ਹੈ ਜੀ ਇਹਨੂੰ ਸੋਲਰ ਪਲਾਂਟ ਕਹਿੰਦੇ ਆ। ਸੋਲਰ ਪਲਾਂਟ ਇਹ ਹੈ ਕਿ ਬਿਜਲੀ ਦੀ ਜਿਹੜੀ ਹੈਗੀ ਪ੍ਰੋਡਕਸ਼ਨ ਹੈ ਉਹ ਸੂਰਜ ਦੀ ਕਿਰਨਾਂ ਤੋਂ ਹੁੰਦੀ ਹੈ ਅਤੇ ਜਿਹੜਾ ਗਲੋਮੀ ਬਰਡ ਸਕੂਲ ਦੀ ਛੱਤ 'ਤੇ ਅਸੀਂ ਜਿਹੜਾ ਇਹ ਸੋਲਰ ਪਲਾਂਟ ਲਾਇਆ ਇਹ 58 ਕਿਲੋਵਾਟ ਦਾ ਸੋਲਰ ਪਲਾਂਟ ਹੈ। ਇਹ ਔਰ ਇਹ ਪਹਿਲਾ ਸਕੂਲ ਹੈ ਪੰਜਾਬ ਰਾਜ ਦਾ ਪੰਜਾਬ ਸਟੇਟ ਦਾ ਜਿਹਨੇ ਇਹ ਸੋਲਰ ਪਲਾਂਟ ਲਾਇਆ ਹੈ ਕਿਉਂਕਿ ਇਹ ਪਲਾਂਟ ਜਿਹੜਾ ਹੈ 58 ਕਿਲੋਵਾਟ ਦਾ ਇੱਕ ਵੱਡਾ ਪਲਾਂਟ ਹੈ ਕਿਉਂਕਿ ਸਾਡਾ ਸਾਰਾ ਹੀ ਸਕੂਲ ਜਿਹੜਾ ਹੈ ਉਹ ਏਅਰ ਕੰਡੀਸ਼ਨ ਹੈ ਅਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿੰਨੀ ਸਾਨੂੰ ਖਪਤ ਚਾਹੀਦੀ ਹੈ ਉਸ ਦੇ ਮੁਤਾਬਕ ਅਸੀਂ ਪ੍ਰੋਡਿਊਸ ਕਰ ਸਕਾਂਗੇ ਕਿ ਸਾਡਾ ਜਿਹੜਾ ਬਿਜਲੀ ਦਾ ਬਿੱਲ ਹੈ ਐਂਡ ਆਫ ਦੀ ਈਅਰ ਬਹੁਤ ਹੀ ਨੋਮੀਨਲ ਜਾਂ ਬਿਲਕੁਲ ਹੀ ਬਰਾਬਰ ਹੋਏਗਾ। ਜਿਹੜਾ ਇਹ ਸੋਲਰ ਪ੍ਰੋਡਕਸ਼ਨ ਹੈ ਪਾਵਰ ਦੀ ਇਹ ਸਾਰੀ ਦੀ ਸਾਰੀ ਪੋਲਿਊਸ਼ਨ ਰਹਿਤ ਹੈ ਅਤੇ ਸਕੂਲ ਵਿੱਚ ਇਹਦਾ ਲਾਉਣ ਦਾ ਮੁੱਖ ਮਨੋਰਥ ਸਾਡਾ ਇਕੱਲਾ ਬਿਜਲੀ ਉਤਪਾਦਨ ਕਰਨਾ ਹੀ ਨਹੀਂ ਹੈਗਾ, ਬੱਚਿਆਂ ਨੂੰ ਵੀ ਪਰਿਆਵਰਣ ਦੇ ਨਾਲ ਸੁਚੇਤ ਕਰਨਾ ਅਤੇ ਮੋਟੀਵੇਟ ਕਰਨਾ ਹੈ ਤਾਂ ਕਿ ਉਹ ਦੇਖਣ ਕਿ ਸਾਡੇ ਸਕੂਲ ਜਿਹੜਾ ਸਾਡਾ ਸਕੂਲ ਵਿੱਚ ਅਸੀਂ ਪੜ੍ਹ ਰਹੇ ਹਾਂ ਕਿ ਉਹ ਇੰਨਾ ਸੁਚੇਤ ਹੈ ਕਿ ਉਹ ਪੋਲਿਊਸ਼ਨ ਰਹਿਤ ਬਿਜਲੀ ਪ੍ਰੋਡਿਊਸ ਕਰ ਰਿਹਾ ਹੈ ਅਤੇ ਆਪਣੇ ਜੋਗੀ ਬਿਜਲੀ ਖੁਦ ਹੀ ਬਣਾ ਰਿਹਾ ਹੈ।
ਚਲੋ ਅਸੀਂ ਐਜੂਕੇਸ਼ਨ ਸਿਸਟਮ ਵਿੱਚ ਤਾਂ ਹੈ ਹੀ ਹਾਂ, ਪਰ ਨਾਲ ਦੇ ਨਾਲ ਅਸੀਂ ਪਾਵਰ ਪ੍ਰੋਡਿਊਸ ਕਰਕੇ ਆਪਣੇ ਸਕੂਲ ਦੇ ਵਿੱਚ ਇੱਕ ਯੋਗਦਾਨ ਪਾ ਰਹੇ ਹਾਂ ਸਟੇਟ ਇਲੈਕਟ੍ਰਿਸਿਟੀ ਬੋਰਡ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੇ ਵਿੱਚ ਵੀ।